ਨਮਸਕਾਰ ਦੂਰਦਰਸ਼ਨ ਖਬਰਾਂ 'ਚ ਆਪ ਸਭ ਦਾ ਸਵਾਗਤ ਮੈਂ ਹਾਂ ਜਤਿੰਦਰ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵੀਡੀਓ ਕਾਨਫਰੈਂਸਿੰਗ ਰਾਹੀਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਅੱਜ ਭਾਰਤ ਚੀਨ ਸਰਹੱਦ ਤੇ ਸਥਿਤੀ ਤੇ ਵਿਚਾਰ ਕਰਨ ਲਈ ਸਰਵ ਪਾਰਟੀ ਮੀਟਿੰਗ ਕਰ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਚੀਨ ਸਰਹੱਦ ਤੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਣ ਵਾਲੇ ਤਿੰਨ ਭਾਰਤੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਚੰਡੀਗੜ੍ਹ ਪੁੱਜਣ ਤੇ ਉਹਨਾਂ ਨੂੰ ਸ਼ਰਧਾਜਲੀਆ ਭੇਟ ਕੀਤੀਆਂ 18 ਰਾਜਾਂ ਵਿੱਚ ਪੈਂਦੀਆਂ 19 ਰਾਜ ਸਭਾ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਪ੍ਰਧਾਨ ਮੰਤਰੀ ਨੇ ਆਉਂਦੇ ਐਤਵਾਰ 6ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਘਰਾਂ ਵਿੱਚ ਯੋਗ ਕਰਨ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਬਣਾਈ ਗਈ ਉੱਚ ਤਾਕਤ ਦੀ ਕਮੇਟੀ ਨੇ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਈਸੋਲੇਸ਼ਨ ਬੈੱਡ, ਆਈ.ਸੀ.ਯੂ ਬੈੱਡ, ਵੈਂਟੀਲੇਟਰ ਆਦਿ ਖਰਚਿਆਂ ਦੀ ਸੀਮਾ ਨਿਰਧਾਰਿਤ ਕਰਨ ਦੀ ਸਿਫਾਰਿਸ਼ ਕੀਤੀ। સુપ્રીમ કોર્ટ ਨੇ કહેયા કે વાખવાખ સુવિધાઓ ਵਿੱਚ કોવિડ-19 ਦੇ ટેસ્ટਾਂ ਦੀ ਲਾਗਤ ਇੱਕ ਸਾਰ ਹੋਣੀ ਚਾਹੀਦੀ ਹੈ ਅਤੇ ਇਸ ਬਾਰੇ ਕੇਂਦਰ ਸਰਕਾਰ ਫੈਸਲਾ ਲਵੇ। ਦੇਸ਼ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਦੀ ਦਰ 53.8% ਤੱਕ ਪਹੁੰਚੀ। ਜਲੰਧਰ ਵਿੱਚ ਅੱਜ 78 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਨੇ ਗਰੀਬ ਇਲਾਕਿਆਂ ਵਿੱਚ ਵਿਕਾਸ ਪ੍ਰੋਗਰਾਮਾਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ ਇਸ ਯੋਜਨਾ ਤਹਿਤ ਆਪਣੇ ਪਿਤਰੀ ਸੂਬਿਆਂ ਵਿੱਚ ਵਾਪਸ ਪਰਤੇ ਮਜ਼ਦੂਰਾਂ ਅਤੇ ਪੈਂਡੂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸ ਰਾਹੀਂ ਗਰੀਬ ਕਲਿਆਣ ਰੋਜ਼ਗਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ ਇਸ ਮੌਕੇ ਤੇ ਬਿਹਾਰ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਇਹ ਮੁਹਿੰਮ ਬਿਹਾਰ ਦੇ ਖਗੜੀ ਬਲਾਕ ਵਿੱਚ ਪੈਂਦੇ ਤੇਲੀਹਾਰ ਪਿੰਡ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜ ਹੋਰ ਨਾਂ ਸੂਬਿਆਂ ਦੇ ਮੁੱਖ ਮੰਤਰੀ ਅਤੇ ਸਬੰਧਤ ਮੰਤਰਾਲਿਆਂ ਦੇ ਮੰਤਰੀ ਇਸ ਵਰਚੁਅਲ ਲਾਂਚ ਵਿੱਚ ਹਿੱਸਾ ਲੈਣਗੇ ਇਸ ਮੁਹਿੰਮ ਤਹਿਤ 6 ਸੂਬਿਆਂ ਦੇ 116 ਜ਼ਿਲ੍ਹਿਆਂ ਵਿੱਚੋਂ ਆਮ ਲੋਕ ਕਾਮਨ ਸਰਵਿਸ ਸੈਂਟਰਾਂ ਅਤੇ ਖੇਤੀ ਵਿਗਿਆਨ ਕੇਂਦਰਾਂ ਰਾਹੀਂ ਸ਼ਾਮਲ ਹੋਣਗੇ ਇਸ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਸਾਰੇ ਲੋੜੀਂਦੇ ਏਹਤਿਆਤ ਵਰਤੇ ਜਾਣਗੇ ਇਹ ਮੁਹਿੰਮ 125 ਦਿਨਾਂ ਤੱਕ ਮਿਸ਼ਨ ਮੋਡ ਤਹਿਤ ਚਲਾਈ ਜਾਵੇਗੀ ਇਸ ਤਹਿਤ 50000 ਕਰੋੜ ਰੁਪਏ ਨਾਲ 25 ਤਰ੍ਹਾਂ ਦੇ ਵਿਕਾਸ ਕਾਰਜਾਂ ਰਹੀ ਘਰ ਵਾਪਸ ਪਰਤੇ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਤੇ ਨਾਲ ਹੀ ਨਾਲ ਪੇਂਡੂ ਬੁਨਿਆਦੀ ਢਾਂਚੇ ਨੂੰ ਵੀ ਵਿਕਸਿਤ ਕੀਤਾ ਜਾਵੇਗਾ 116 ਜ਼ਿਲ੍ਹਿਆਂ ਦੇ 25000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਇਸ ਮੁਹਿੰਮ ਵਿੱਚ ਬਿਹਾਰ ਉੱਤਰ ਪ੍ਰਦੇਸ਼ ਮਧ ਪ੍ਰਦੇਸ਼ ਰਾਜਸਥਾਨ ਝਾਰਖੰਡ ਤੇ ਉੜੀਸ਼ਾ ਸੂਬਿਆਂ ਨੂੰ ਚੁਣਿਆ ਗਿਆ ਹੈ ਇਸ ਵਿੱਚ ਆਪਣੀ ਇੱਛਾ ਜਤਾਉਣ ਵਾਲੇ 27 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਦੇ 2/3 ਪ੍ਰਵਾਸੀ ਮਜ਼ਦੂਰਾਂ ਨੂੰ ਇਸ ਯੋਜਨਾ ਨਾਲ ਫਾਇਦਾ ਪੁੱਜਣ ਦੀ ਉਮੀਦ ਹੈ ਇਸ ਮੁਹਿੰਮ ਤਹਿਤ 12 ਵੱਖ-ਵੱਖ ਮੰਤਰਾਲਿਆਂ ਪੇਂਡੂ ਵਿਕਾਸ ਪੰਚਾਇਤੀ ਰਾਜ ਸੜਕੀ ਆਵਾਜਾਈ ਤੇ ਕੌਮੀ ਸ਼ਾਰਾ ਮਾਰਗ ਖਣਨ ਪੀਣ ਵਾਲੇ ਪਾਣੀ ਤੇ ਸਵੱਛਤਾ ਵਾਤਾਵਰਣ ਰੇਲਵੇ ਪੈਟਰੋਲੀਅਮ ਤੇ ਕੁਦਰਤੀ ਗੈਸ ਨਮੀ ਤੇ ਨਵੇਂ ਆਉਣਯੋਗ ਊਰਜਾ ਸਰਹੱਦੀ ਸੜਕ ਦੂਰ ਸੰਚਾਰ ਖੇਤੀਬਾੜੀ ਤੇ ਕਿਸਾਨ ਕਲਿਆਣ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ-ਚੀਨ ਬਾਰਡਰ ਤੇ ਸਥਿਤੀ ਤੇ ਵਿਚਾਰ ਕਰਨ ਲਈ ਸਰਬਪਾਰਟੀ ਮੀਟਿੰਗ ਦੌਰਾਨ ਚਰਚਾ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਿੱਸਾ ਲੈ ਰਹੇ ਨੇ। ਇਹ ਮੀਟਿੰਗ ਅੱਜ ਸ਼ਾਮ ਕੋਈ 5:30 ਵਜੇ ਸ਼ੁਰੂ ਹੋਈ ਪ੍ਰਧਾਨ ਮੰਤਰੀ ਵੱਲੋਂ ਇਸ ਮੀਟਿੰਗ ਦਾ ਫੈਸਲਾ 15 ਅਤੇ 16 ਜੂਨ ਦੀ ਦਰਮਿਆਨੀ ਰਾਤ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਖੂਨੀ ਝੜਪ ਵਿੱਚ 20 ਭਾਰਤੀ ਫੌਜੀਆਂ ਦੇ ਸ਼ਹੀਦੀ ਪ੍ਰਾਪਤ ਕਰਨ ਦੀ ਘਟਨਾ ਮਗਰੋਂ ਲਿਆ ਗਿਆ ਜ਼ਿਕਰ ਯੋਗ ਹੈ ਕਿ ਚੀਨ ਵੱਲੋਂ ਪੂਰਬੀ ਲਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਤੋਂ ਭਾਰਤ ਵਾਲੇ ਪਾਸੇ ਅੰਦਰ ਤੱਕ ਆ ਜਾਣ ਤੋਂ ਬਾਅਦ ਪਿਛਲੇ ਕੋਈ 1 ਮਹੀਨੇ ਤੋਂ ਤਣਾਅ ਵਾਲੀ ਸਥਿਤੀ ਬਣ ਗਈ ਸੀ ਦੋਵੇਂ ਹੀ ਦੇਸ਼ਾਂ ਵੱਲੋਂ ਅਸਲ ਕੰਟਰੋਲ ਰੇਖਾ ਤੇ ਵੱਡੂ ਫੌਜਾਂ ਲਗਾਈਆਂ ਗਈਆਂ ਨੇ ਭਾਰਤ-ਚੀਨ ਬਾਰਡਰ ਤੇ ਪੈਦਾ ਹੋਏ ਤਣਾਅ ਨੂੰ ਘਟ ਕਰਨ ਲਈ ਦੋਵੇਂ ਪਾਸਿਆਂ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਨੇ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਮੌਜੂਦਾ ਵਿਵਾਦ ਦੌਰਾਨ ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਮਾਰਸ਼ਲ ਆਰ ਕੇ ਐਸ ਪਧੋਰੀਆ ਨੇ ਲੇਹ ਅਤੇ ਸ਼੍ਰੀਨਗਰਦਾ ਦੋ ਦਿਨਾਂ ਦਾ ਦੌਰਾ ਕੀਤਾ ਮੌਜੂਦਾ ਵਿਵਾਦ ਨੂੰ ਧਿਆਨ ਵਿੱਚ ਰੱਖਦੇ ਹਵਾਈ ਫੌਜ ਦੇ ਮੁਖੀ ਦੇ ਇਸ ਦੌਰੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਹਵਾਈ ਫੌਜ ਦੇ ਲੜਾਕੂ ਟਿਕਾਣਿਆਂ ਅਤੇ ਖੇਤਰ ਵਿੱਚ ਹੋਰ ਫੌਜੀ ਸਾਜ਼ੋ-ਸਮਾਨ ਦੀ ਉਪਲਬਧਤਾ ਬਾਰੇ 에ਅਰ ਚੀਫ ਮਾਰਸ਼ਲ ਵੱਲੋਂ ਜਾਇਜ਼ਾ ਲਿਆ ਲਦਾਖ ਦੀ ਗਲਵਾਨ ਕਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਦੇ ਸੀਨੀਅਰ ਫੌਜੀ ਅਧਿਕਾਰੀਆਂ ਵੱਲੋਂ ਸਥਿਤੀ ਦੀ ਸਮੀਖਿਆ ਅਤੇ ਫੌਜੀ ਵਿਕਲਪਾਂ ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਦੌਰੇ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੋ ਦਿਨਾਂ ਲੇਹ ਅਤੇ ਸ਼੍ਰੀਨਗਰ ਦੀ ਯਾਤਰਾ ਦੌਰਾਨ ਫੌਜ ਮੁਖੀ ਵੱਲੋਂ ਪੂਰਬੀ ਲਦਾਖ ਵਿੱਚ ਹਵਾਈ ਫੌਜ ਦੀਆਂ ਤਿਆਰੀਆਂ ਦੀ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਪਹਿਲੇ ਗੇੜ ਤਹਿਤ ਉਨ੍ਹਾਂ 17 ਜੂਨ ਨੂੰ ਲੇਹ ਦਾ ਦੌਰਾ ਕੀਤਾ ਜਦਕਿ 18 ਜੂਨ ਨੂੰ ਉਨ੍ਹਾਂ ਸ਼੍ਰੀਨਗਰ 에ਅਰਬੇਸ ਦਾ ਜਾਇਜ਼ਾ ਲਿਆ। ਦੋਵੇਂ ਹ ਪੂਰਬੀ ਲਦਾਖ ਖੇਤਰ ਵਿੱਚ ਸਥਿਤ ਨੇ ਅਤੇ ਇਸ ਪਹਾੜੀ ਖੇਤਰ ਵਿੱਚ ਕਿਸੇ ਵੀ ਲੜਾਕੂ ਜਹਾਜ਼ ਵਾਲੀ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਵਿੱਚ ਸਮਰੱਥ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਪੂਰਬੀ ਲਦਾਖ ਦੇ ਸਰਹੱਦੀ ਖੇਤਰਾਂ ਵਿੱਚ ਤਣਾਅ ਘਟ ਕਰਨ ਲਈ ਫੌਜੀ ਅਤੇ ਕੂਟਨੀਤਕ ਪੱਧਰ ਤੇ ਗੱਲਬਾਤ ਕਰ ਰਹੇ ਨੇ। ਇਸੇ ਮਹੀਨੇ ਦੀ 6 ਤਰੀਕ ਨੂੰ ਦੋਵੇਂ ਮੁਲਕਾਂ ਦੇ ਕੋਰ ਕਮਾਂਡਰਾਂ ਦੀ ਮੀਟਿੰਗ ਚੁਸ਼ੂਲ ਮਲਡੋ ਖੇਤਰ ਵਿੱਚ ਹੋਈ ਸੀ। ਇਸ ਮੀਟਿੰਗ ਦੌਰਾਨ ਅਸਲ ਕੰਟਰੋਲ ਰੇਖਾ ਦੇ ਆਲੇ-ਦੁਆਲੇ ਤਣਾਅ ਘਟ ਕਰਨ ਬਾਰੇ ਸਹਿਮਤੀ ਬਣੀ ਸੀ। ਇਸ ਸਹਿਮਤੀ ਨੂੰ ਲਾਗੂ ਕਰਨ ਲਈ ਦੋਵੇਂ ਮੁਲਕਾਂ ਦੇ ਗਰਾਊਂਡ ਕਮਾਂਡਰ ਪਿਛਲੇ ਹਫ਼ਤੇ ਲਗਾਤਾਰ ਮੀਟਿੰਗਾਂ ਕਰਦੇ ਰਹੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਭਾਰਤ ਨੇ ਚੀਨ ਨੂੰ ਕਿਹਾ ਸੀ ਕਿ ਉਹ ਆਪਣੀਆਂ ਸਰਗਰਮੀਆਂ ਨੂੰ ਅਸਲ ਕੰਟਰੋਲ ਰੇਖਾ ਦੇ ਉਸ ਪਾਰ ਆਪਣੇ ਇਲਾਕੇ ਤੱਕ ਹੀ ਸੀਮਤ ਰੱਖੇ। ਉਹਨਾਂ ਦੱਸਿਆ ਕਿ ਚੀਨ ਨੇ ਸੋਚੀ ਸਮਝੀ ਯੋਜਨਾ ਤਹਿਤ ਕਾਰਵਾਈ ਕੀਤੀ ਜਿਸ ਨਾਲ ਹਿੰਸਾ ਹੋਈ ਅਤੇ ਦੋਵੇਂ ਮੁਲਕਾਂ ਦੇ ਫੌਜੀ ਮਾਰੇ ਗਏ ਅਤੇ ਜ਼ਖਮੀ ਹੋਏ। ਬੁਲਾਰੇ ਨੇ ਕਿਹਾ ਕਿ ਜੇ ਚੀਨ ਨੇ ਉੱਚ ਪੱਧਰੀ ਗੱਲਬਾਤ ਦੌਰਾਨ ਹੋਏ ਸਮਝੌਤੇ ਦੀ ਪਾਲਣਾ ਕੀਤੀ ਹੁੰਦੀ ਤਾਂ ਗਲਵਾਨ ਘਾਟੀ ਵਿੱਚ ਵਾਪਰੀ ਘਟਨਾ ਨੂੰ ਟਾਲਿਆ ਜਾ ਸਕਦਾ ਸੀ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਰੁਖ ਪੂਰੀ ਤਰ੍ਹਾਂ ਨਾਲ ਸਪਸ਼ਟ ਹੈ ਕਿ ਉਹ ਕੰਟਰੋਲ ਰੇਖਾ ਦੇ ਇਸ ਪਾਰ ਆਪਣੇ ਖੇਤਰ ਵਿੱਚ ਹਮੇਸ਼ਾ ਹਰ ਤਰ੍ਹਾਂ ਦੀਆਂ ਸਰਗਰਮੀਆਂ ਜਾਰੀ ਰੱਖੇਗਾ ਅਤੇ ਸੀਮਾ ਪ੍ਰਬੰਧਨ ਪ੍ਰਤੀ ਭਾਰਤ ਦਾ ਰਵੱਈਆ ਹਮੇਸ਼ਾ ਜ਼ਿੰਮੇਵਾਰਾ ਨਾ ਰਹੇਗਾ ਪੀਸ ਐਂਡ ਟ੍ਰਾਂਕਵਿਲਟੀ ਇਨ ਦਾ ਬਾਰਡਰ ਏਰੀਆਜ਼ and the resolution of differences through dialogue at the same time as honorable pm stated yesterday we are also strongly committed to ensuring india's sovereignty and territorial integrity ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਚੀਨ ਸਰਹੱਦ ਤੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਣ ਵਾਲੇ ਤਿੰਨ ਭਾਰਤੀ ਸੈਨਿਕਾਂ ਦੀਆਂ ਮਰਿਤਕ ਦੇਹਾਂ ਚੰਡੀਗੜ੍ਹ ਪੁੱਜਣ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਸੰਗਰੂਰ ਜ਼ਿਲ੍ਹੇ ਦੇ ਸਿਪਾਹੀ ਗੁਰਬਿੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਸਿਪਾਹੀ ਗੁਰਤੇਜ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਹਿਮਾਚਲਪੁਰ ਜ਼ਿਲ੍ਹੇ ਦੇ ਸਿਪਾਹੀ ਅੰਕੁਸ਼ ਠਾਕੁਰ ਦੀਆਂ ਮ੍ਰਿਤਕ ਦੇਹਾਂ ਅੱਜ ਲੈ ਤੋ ਚੰਡੀਗੜ੍ਹ 에ਅਰਫੋਰਸ ਸਟੇਸ਼ਨ ਲਿਆਂਦੀਆਂ ਗਈਆਂ ਜਿੱਥੋਂ ਅੱਗੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਇਨ੍ਹਾਂ ਸ਼ਹੀਦਾਂ ਦੇ ਜੱਦੀ ਪਿੰਡਾਂ ਨੂੰ ਰਵਾਨਾ ਕਰ ਦਿੱਤੀਆਂ ਗਈਆਂ ਮੁੱਖ ਮੰਤਰੀ ਨੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਤੇ ਫੁੱਲਮਾਲਾ ਮਾ ਚੜਾ ਕੇ ਸ਼ਰਧਾਂਜਲੀ ਭੇਟ ਕੀਤੀ ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੰਨੀ ਘਾਟੋ ਮਰ ਵਿੱਚ ਦੇਸ਼ ਦੀ ਖਾਤਰ ਕੁਰਬਾਨ ਹੋਣ ਵਾਲੇ ਇਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦੇ ਨੇ ਉਹਨਾਂ ਕਿਹਾ ਕਿ ਰਾਸ਼ਟਰ ਹਮੇਸ਼ਾ ਹੀ ਇਨ੍ਹਾਂ ਸ਼ਹੀਦਾਂਦਾਰੀ ਨਹੀਂ ਰਹੇਗਾ ਮੁੱਖ ਮੰਤਰੀ ਨੇ ਭਾਰਤੀ ਸੈਨਿਕਾਂ ਤੇ ਹੋਏ ਹਮਲੇ ਨੂੰ ਵਹਿਸ਼ਿਆਨਾ ਅਤੇ ਭਿਆਨਕ ਦੱਸਿਆ ਅਤੇ ਭਾਰਤ ਸਰਕਾਰ ਨੂੰ ਇਸ ਦੇ ਜਵਾਬ ਵਿੱਚ ਸਖਤ ਕਾਰਵਾਈ ਕਰਨ ਲਈ ਕਿਹਾ ਕੱਲ ਵੀ ਪੰਜਾਬ ਦੇ ਦੋ ਸ਼ਹੀਦ ਸੈਨਿਕਾਂ ਨਾਇਬ ਸੂਬੇਦਾਰ ਮਨਦੀਪ ਸਿੰਘ ਅਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਉਹਨਾਂ ਦੇ ਜੱਦੀ ਜ਼ਿਲ੍ਹਿਆਂ ਪਟਿਆਲਾ ਤੇ ਗੁਰਦਾਸਪੁਰ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ 8 ਰਾਜਾਂ ਵਿੱਚ ਪੈਂਦੀਆਂ 19 ਰਾਜ ਸਭਾ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ جاری ਹੈ ਅੱਜ ਆਂਧਰਾ ਪ੍ਰਦੇਸ਼ ਤੇ ਗੁਜਰਾਤ ਵਿੱਚ 4-4 ਮਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 3-3 ਚਾਰਖੰਡ ਵਿੱਚ 2 ਜਦਕੇ ਮਨੀਪੁਰ ਮਿਜ਼ੋਰਮ ਤੇ ਮਗਾ ਲਿਆ ਵਿੱਚ 1-1 ਸੀਟ ਲਈ ਵੋਟਾਂ ਪੁਆਈਆਂ ਗਈਆਂ ਕਰਨਾਟਕ ਸੂਬੇ ਦੀਆਂ ਚਾਰੋਂ ਹੀ ਸੀਟਾਂ ਤੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਨੇ ਇਹਨਾਂ ਵਿੱਚ ਜਨਤਾਦਲ ਐਸ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੋੜਾ ਕਾਂਗਰਸ ਦੇ ਮਲਿਕ ਅਰਜੁਨ ਖੜਗੇ ਭਾਰਤੀ ਜਨਤਾ ਪਾਰਟੀ ਦੇ ਇਰਾਨਾ ਕਾਡਾੜੀ ਅਤੇ ਅਸ਼ੋਕ ਗਾਸਤੀ ਸ਼ਾਮਲ ਨੇ ਕੋਰੋਨਾ ਵਾਇ ਚੋਣ ਕਮਿਸ਼ਨ ਵੱਲੋਂ ਅੱਜ ਮਤਦਾਨ ਦੌਰਾਨ ਕੋਵਿਡ-19 ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਮਤਦਾਨ ਕਰਨ ਵਾਲੇ ਹਰ ਵਿਧਾਨਕਾਰ ਦਾ ਤਾਪਮਾਨ ਚੈੱਕ ਕੀਤਾ ਗਿਆ ਵਿਧਾਨਕਾਰ ਮਤਦਾਤਾਵਾਂ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ ਤੇ ਮਾਸਕ ਪਾਉਣ ਨੂੰ ਲਾਜ਼ਮੀ ਕੀਤਾ ਗਿਆ ਸੀ ਜਿਨ੍ਹਾਂ ਵਿਧਾਨਕਾਰਾਂ ਨੂੰ ਬੁਖਾਰ ਦੀ ਸ਼ਿਕਾਇਤ ਸੀ ਉਹਨਾਂ ਲਈ voting ਵਾਸਤੇ ਵੱਖਰੇ ਇੰਤਜ਼ਾਮ ਕੀਤੇ ਗਏ ਸਨ ਚੋਣ ਕਮਿਸ਼ਨ ਵੱਲੋਂ ਮਤਦਾਨ ਕੇਂਦਰਾਂ ਤੇ ਪੈਰਾਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ ਮਤਦਾਤਾਵਾਂ ਅਤੇ ਪੋਲਿੰਗ ਸਟਾਫ ਨੂੰ ਮਾਸਕ ਦਸਤਾਨੇ ਅਤੇ ਸੈਨੀਟਾਈਜ਼ਰ ਉਪਲਬਧ ਕਰਵਾਏ ਗਏ ਮੱਤਾਂ ਤੋਂ ਪਹਿਲਾਂ ਪੋਲਿੰਗ ਸੈਂਟਰਾਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਸਮਾਜਿਕ ਦੂਰੀ ਬਣਾਏ ਜਾਣ ਸਮੇਤ ਕੋਵਿਡ-19 ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਉਂਦੇ ਐਤਵਾਰ ਨੂੰ ਆਪੋ ਆਪਣੇ ਘਰਾਂ ਵਿੱਚ ਪਰਿਵਾਰ ਨਾਲ ਮਿਲ ਕੇ 6ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗ ਕਰਨ ਦੀ ਅਪੀਲ ਕੀਤੀ। ਇੱਕ ਵੀਡੀਓ ਸੁਨੇਹਰਾ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਆਮ ਤੌਰ ਤੇ ਯੋਗ ਦਿਵਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈਂਦੇ ਨੇ ਅਤੇ ਇਹ ਜਨਤਕ ਸਮਾਗਮ ਹੁੰਦਾ ਹੈ ਪਰ ਇਸ ਸਾਲ ਯੋਗ ਦਿਵਸ ਘਰਾਂ ਅੰਦਰ ਹੀ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਵਿਸ਼ਾ ਵੀ ਘਰ ਵਿੱਚ ਯੋਗ ਤੇ ਪਰਿਵਾਰ ਨਾਲ ਯੋਗ ਹੈ। ਉਹਨਾਂ ਕਿਹਾ ਕਿ ਕੋਵਿਡ-19 ਵੱਲੋਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਹੱਲ ਵੀ ਯੋਗ ਵਿੱਚ ਹੀ ਹੈ। ਯੋਗਾ ਆਫਰ ਸਮਥਿੰਗ ਫਾਰ एवरीवन it enables strong mind and healthy body. in the post-covid era, the focus on preventive healthcare will get stronger and that is why i'm confident that yoga will become even more popular. friends, these are times of distancing. but do you know that yoga is what ends distance? it is said yujyate anen iti yoga yoga is that which joins or brings things together ਕੇਂਦਰੀ ਗ੍ਰਾਮ ਮੰਤਰੀ ਅਮੇத் ਸ਼ਾਵਲੋ ਬਣਾਈ ਗਈ ਉੱਚ ਤਾਕਤੀ ਕਮੇਟੀ ਨੇ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਆਈਸੋਲੇਸ਼ਨ ਬੈੱਡ ਦਾ ਖਰਚਾ ਰੋਜ਼ਾਨਾ 8 ਤੋਂ 10000 ਰੱਖਣ ਦੀ ਸਿਫਾਰਿਸ਼ ਕੀਤੀ ਹੈ ਇਸ ਤੋਂ ਇਲਾਵਾ ਕੋਵਿਡ-19 ਦੇ ਮਰੀਜ਼ ਲਈ ਵੈਂਟੀਲੇਟਰ ਸਮੇਤ ਆਈਸੀਯੂ ਬੈੱਡ ਦਾ ਖਰਚਾ 15 ਤੋਂ 18000 ਰੁਪਏ ਪ੍ਰਤੀ ਦਿਨ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਦੀ ਅਗਵਾਈ ਹੇਠ ਇਸ ਕਮੇਟੀ ਦਾ ਗਠਨ ਐਤਵਾਰ ਨੂੰ ਕੀਤਾ ਗਿਆ ਸੀ ਇਸ ਕਮੇਟੀ ਦਾ ਗਠਨ ਪ੍ਰਾਈਵੇਟ ਹਸਪਤਾਲਾਂ ਚੋਂ ਕੋਵਿਡ-19 ਮਰੀਜ਼ਾਂ ਲਈ 60 ਫੀਸਦੀ ਬੈੱਡਾਂ ਦੀ ਉਪਲਬਧਤਾ ਘੱਟ ਲਾਗਤ ਤੇ ਯਕੀਨੀ ਬਣਾਉਣ ਦੇ ਮੰਤਵ ਨਾਲ ਕੀਤਾ ਗਿਆ ਸੀ ਨਿਰਧਾਰਤ ਖਰਚਿਆਂ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਸ਼ਾਮਲ ਸੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਟਵੀਟ ਰਾਹੀਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਸੁਝਾਏ ਗਏ 8 ਤੋਂ 10000 ਰੁਪਏ ਦੀ ਸਹੂਲਤ ਵਾਲੇ ਆਈਸੋਲੇਸ਼ਨ ਬੈੱਡਾਂ ਲਈ ਇਸ ਵੇਲੇ 24 ਤੋਂ 25000 ਰੁਪਏ ਵਸੂਲੇ ਜਾ ਰਹੇ ਨੇ ਜਿੰਨਾ ਆਈਸੀਯੂ ਬੈੱਡਾਂ ਲਈ 13 ਤੋਂ 15000 ਰੁਪਏ ਵਸੂਲਣ ਦੀ ਸਿਫਾਰਿਸ਼ ਕੀਤੀ ਗਈ ਹੈ ਉਹਨਾਂ ਲਈ ਮੌਜੂਦਾ ਸਮੇਂ 34 ਤੋਂ 43000 ਰੁਪਏ ਤੱਕ ਵਸੂਲੇ ਜਾ ਰਹੇ ਨੇ ਪੀਪੀਈ ਕਿੱਟਸ ਅਤੇ ਵੈਂਟੀਲੇਟਰ ਅਧਾਰਤ ਆਈਸੀਯੂ ਬੈੱਡਾਂ ਲਈ 15 ਤੋਂ 1800 54000 ਰੁਪਏ ਵਸੂਲੇ ਜਾ ਰਹੇ ਨੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਆਮ ਨਾਗਰਿਕ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਦਾ ਇਲਾਜ ਵਾਜਿਬ ਕੀਮਤੇ ਉਪਲਬਧ ਕਰਵਾਉਣ ਦੀ ਸੋਚ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਵੰਦੇ ਭਾਰਤ ਮਿਸ਼ਨ ਤਹਿਤ ਮਾਲਦੀਵ ਵਿੱਚ ਫਸੇ 138 ਭਾਰਤੀ ਨਾਗਰਿਕ ਅੱਜ 에ਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਦਿੱਲੀ, ਪੁਬਨೇಶ್ਵਰ ਅਤੇ ਕੋਲਕਾਤਾ ਪਹੁੰਚ ਗਏ ਨੇ ਗਵਾਂਡੀ ਮੁਲਕਾ ਤੋਂ ਅੱਜ ਤੀਜੇ ਦਿਨ 에ਅਰ ਇੰਡੀਆ ਦੀ ਲਗਾਤਾਰ ਤੀਜੀ ਉਡਾਣੇ ਇਸ ਤੋਂ ਪਹਿਲਾਂ ਦੋ ਉਡਾਨਾਂ ਰਾਹੀਂ ਯਾਤਰੀ ਤ੍ਰਿਵਨੰਤਪੁਰਮ ਬੰਗਲੌਰੂ ਅਤੇ ਦਿੱਲੀ ਪੂਜੇਸਨ ਭਾਰਤੀ ਨਾਗਰਿਕਾਂ ਦੀ ਇਹ ਵਾਪਸੀ ਮਾਲੇ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਅੱਜ ਵਤਨ ਪਰਤੇ ਯਾਤਰੀਆਂ ਨੂੰ ਮਿਲਾ ਕੇ ਇਸ ਗੇੜ ਤਹਿਤ ਹੁਣ ਤੱਕ 4000 ਤੋਂ ਵੱਧ ਭਾਰਤੀਆਂ ਨੂੰ ਇਥੋਂ ਵਤਨ ਵਾਪਸ ਲਿਆਂਦਾ ਜਾ ਚੁੱਕਾ ਹੈ ਦੂਜੇ ਪਾਸੇ ਸਮੁੰਦਰ ਸੇਤੂ ਪ੍ਰੋਗਰਾਮ ਤਹਿਤ ਭਾਰਤੀ नौसेना ਦਾ ਜਹਾਜ਼ ਆਈ ਐਨ ਐਸ 에ਰਾਵਤ ਐਤਵਾਰ ਨੂੰ ਮਾਲੇ ਤੋਰਵਾਣਾ ਹੋਵੇਗਾ ਜਿਸ ਰਾਹੀਂ ਤਕਰੀਬਨ 250 ਭਾਰਤੀ ਨਾਗਰਿਕ ਤਾਮਿਲਨਾਡੂ ਦੇ ਤੂਤੀ ਕੋਰਨ ਪੁੱਜਣਗੇ ਸੁਪਰੀਮ ਕੋਰਟ ਨੇ ਅੱਜ ਵੱਖ-ਵੱਖ ਸੂਬਿਆਂ ਵਿੱਚ ਕੋਵਿਡ-19 ਦੇ ਟੈਸਟ ਕਰਵਾਉਣ ਦੀਆਂ ਲਾਗਤਾਂ ਵਿੱਚ ਅੰਤਰ ਦਾ ਗਿਆਨ ਲਿਆ ਅਤੇ ਕੇਂਦਰ ਨੂੰ ਇਸ ਮੁੱਦੇ ਤੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਜਸਟਿਸ ਅਸ਼ੋਕ ਪੂਸ਼ਣ ਐਸਕੇ ਕੌਲ ਅਤੇ ਐਮਆਰ ਸ਼ਾਹ ਤੇ ਆਧਾਰਿਤ ਬੈਂਚ ਦਾ ਮੰਨਣਾ ਸੀ ਕਿ ਵੱਖ-ਵੱਖ ਸੂਬਿਆਂ ਵਿੱਚ ਕੋਵਿਡ-19 ਲਈ ਟੈਸਟ ਕਰਾਉਣ ਦੀ ਲਾਗਤ ਇੱਕਸਾਰ ਹੋਣੀ ਚਾਹੀਦੀ ਹੈ ਪਰ ਅਦਾਲਤ ਨੇ ਕਿਹਾ ਕਿ ਲਾਗਤ ਤੈਅ ਕਰਨ ਬਾਰੇ ਉਸ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾਵੇਗਾ ਤੇ ਇਸ ਉੱਤੇ ਫੈਸਲਾ ਕੇਂਦਰ ਸਰਕਾਰ ਤੇ ਛੱਡਿਆ ਗਿਆ ਹੈ ਅਦਾਲਤ ਨੇ ਕਿਹਾ ਕਿ ਉਸ ਵੱਲੋਂ ਵੱਖ-ਵੱਖ ਕੋਵਿਡ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਦੀ ਮਾਨੀਟਰਿੰਗ ਨੂੰ ਯਕੀਨੀ ਬਣਾਉਣ ਲਈ ਸੀਸੀਟੀਵੀ ਕੈਮਰੇ ਲਗਾਉਣ ਬਾਰੇ ਹੁਕਮ ਜਾਰੀ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ ਵਾਧਾ ਲਗਾਤਾਰ جاری ਹੈ ਬੀਤੇ 24 ਘੰਟਿਆਂ ਦੌਰਾਨ ਭਾਰਤ ਵਿੱਚ ਕੋਰੋਨਾ ਵਾਇਰਸ ਦੇ 13586 ਰਿਕਾਰਡ ਮਾਮਲੇ ਸਾਹਮਣੇ ਆਏ ਜਿਸ ਮਗਰੋਂ ਹੁਣ ਤੱਕ ਕੋਵਿਡ-19 ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਸੰਖਿਆ 380532 ਤੱਕ ਪਹੁੰਚ ਗਈ ਹੈ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 336 ਮਰੀਜ਼ਾਂ ਦੀ ਮੌਤ ਹੋਈ ਜਿਸ ਮਗਰੋਂ ਹੁਣ ਤੱਕ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 12573 ਤੱਕ ਪਹੁੰਚ ਗਈ ਹੈ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਉੱਥੇ ਇਸ ਬਿਮਾਰੀ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਿਵਾਦਾ ਹੋ ਰਿਹਾ ਹੈ ਇਸ ਵੇਲੇ ਕੋਵਿਡ-19 ਤੋਂ ਠੀਕ ਹੋਣ ਦੀ ਦਰ 53.8 ਫੀਸਦੀ ਤੱਕ ਪਹੁੰਚ ਗਈ ਹੈ ਬੀਤੇ 24 ਘੰਟਿਆਂ ਦੌਰਾਨ 10386 ਕੋਰੋਨਾ ਮਰੀਜ਼ ਸਿਹਤਯਾਬ ਹੋ ਕੇ ਕੰਨੀ ਪਰਤੇ ਭਾਰਤੀ ਮੈਡੀਕਲ ਖੋਜ ਕਾਉਂਸਲ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਦੀਆਂ ਲੈਬਾਰਟਰੀਆਂ ਵਿੱਚ 76969 ਕੋਰੋਨਾ ਟੈਸਟ ਕਰਵਾਏ ਗਏ ਨੇ ਜੋ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਆਂਕੜਾ ਹੈ ਹੁਣ ਤੱਕ 6426627 ਲੋਕਾਂ ਦੇ ਕਰੋਨਾ ਟੈਸਟ ਕਰਵਾਏ ਗਏ ਜਾ ਚੁੱਕੇ ਨੇ ਕਾਉਂਸਲ ਵੱਲੋਂ ਲਗਾਤਾਰ ਕਰੋਨਾ ਦੀਆਂ ਟੈਸਟ ਸਹੂਲਤਾਂ ਵਿੱਚ ਵਾਧਾ ਕਰਦੇ ਆਂ ਹੋਰ ਸਰਕਾਰੀ ਅਤੇ ਪ੍ਰਾਈਵੇਟ ਲੈਬੋਰਟਰੀਆਂ ਨੂੰ ਕਰੋਨਾ ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਇਸ ਵੇਲੇ ਦੇਸ਼ ਭਰ ਵਿੱਚ ਕੋਵਿਡ-19 ਦੀਆਂ 960 ਪ੍ਰਵਾਨਿਤ ਲੈਬੋਰਟਰੀਆਂ ਨੇ ਜਿਨ੍ਹਾਂ ਵਿੱਚੋਂ 703 ਸਰਕਾਰੀ ਅਤੇ 257 ਪ੍ਰਾਈਵੇਟ ਲੈਬੋਰਟਰੀਆਂ ਸ਼ਾਮਲ ਨੇ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ਵਿੱਚ ਅੱਜ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ 78 ਨਵੇਂ ਮਾਮਲੇ ਸਾਹਮਣੇ ਆਏ ਜੋ ਹੁਣ ਤੱਕ ਇੱਕ ਦਿਨ ਵਿੱਚ ਕਰੋਨਾ ਪੋਜ਼ਿਟਿਵ ਮਾਮਲਿਆਂ ਵਿੱਚੋਂ ਸਭ ਤੋਂ ਵੱਧ ਹੈ। ਜਲੰਧਰ ਦੇ ਨੋਡਲ ਅਫਸਰ ਡਾਕਟਰ ਟੀਪੀ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਕਰੋਨਾ ਪੋਜ਼ਿਟਿਵ ਕੇਸ ਆਉਣ ਦਾ ਕਾਰਨ ਸਿਹਤ ਵਿਭਾਗ ਵੱਲੋਂ ਕੋਵਿਡ-19 ਦੀ ਟੈਸਟਿੰਗ ਵਿੱਚ ਕੀਤਾ ਗਿਆ ਵਾਧਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਰੋਜ਼ਾਨਾ 800 ਤੋਂ 900 ਵਿਅਕਤੀਆਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਦੇ ਜਿਹੜੇ ਕੋਰੋਨਾ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਉਹਨਾਂ ਚੋਂ ਜ਼ਿਆਦਾਤਰ ਮਾਮਲੇ ਪੁਰਾਣੇ ਮਰੀਜ਼ਾਂ ਦੇ ਸੰਪਰਕ ਵਾਲੇ ਨੇ। ਇਸ ਤੋਂ ਇਲਾਵਾ ਕਈ ਗਰਭਵਤੀ ਔਰਤਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਵੀ ਪੋਜ਼ਿਟਿਵ ਆਏ ਨੇ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 17617 ਸੈਂਪਲ ਲੈ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 14529 ਰਿਪੋਰਟਾਂ ਨੈਗੇਟਿਵ ਆਈਆਂ ਨੇ। ਅੱਜ 75 ਪਲਸ ਕੇਸ ਜਿਹੜੇ ਐਰਪੋਰਟ ਹੋਏ ਅਸੀਂ ਨਾਲ ਡਿਟੇਲ ਹਲੇ ਵੀ ਦੇਖ ਰਹੇ ਹਾਂ ਇਹਨਾਂ ਬੱਚੋਂ ਕੁਝ ਪੂਲ ਸੈਂਪਲਿੰਗ ਅਸੀਂ ਕੀਤੀ ਸੀ ਉਹਨਾਂ ਦੀ ਰਿਪੋਰਟ ਆ ਪੂਲ ਸੈਂਪਲਿੰਗ ਵਿੱਚ ਪ੍ਰੈਜ਼ੈਂਟ ਰੇਟ ਜਿਹੜਾ ਕੁਝ ਉਪਰ اشتਰ ਹੈ ਕੁਝ ਪੁਲਿਸ ਪਰਸਨਲ ਜਿਹੜੇ ਨੇ ਉਹ ਵੀ ਪੋਸਟ ਬਾਇਆਸ ਹਰਕਤ ਇਸ ਨਾਲ ਹੀ ਸਾਡਾ ਖਬਰਾਂ ਦਾ ਐਬਲੀਟਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ